स्वागत है किसान ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 84270 19817। ਸੋ ਅੱਜ ਦੀ ਵੀਡੀਓ ਵਿੱਚ ਬੈੜਾਂ ਦੇ ਦੋ ਨਗ ਦਿਖਾਵਾਂ। ਪਹਿਲੇ ਨੰਬਰ ਤੇ ਤਾਜੀ ਸੂਈ, ਪਿੱਛੇ ਬੱਚੀ ਤੇ ਦੂਜੀ ਹੈਗਾ ਗੱਬਣ ਬਾਜ ਵਿਭਾਗ। ਇਸ ਵਕਤ ਵੀਰ ਨਾਲ ਕਰਦੇ ਆ ਗੱਲ। ਸਤਿ ਸ਼੍ਰੀ ਅਕਾਲ ਬਾਈ। ਹਾਂਜੀ ਵੀਰੇ, ਨਾਮ ਐਡਰੈਸ ਬੋਲਿਆ ਆਪਣਾ। ਨਾਮ ਸੁਖਪ੍ਰੀਤ ਵੀਰੇ, ਪਿੰਡ ਬਾਲਿਆਂ ਵਾਲੀ, ਸ੍ਰੀ ਰਾਮ ਪ੍ਰਾਪੂਲ, ਜ਼ਿਲ੍ਹਾ ਬਠਿੰਡਾ। ਤੇ ਨੰਬਰ ਵੀਰ ਆਪਣਾ? ਨੰਬਰ 97787 53168। 97787 53168। ਪਹਿਲੇ ਨੰਬਰ ਬਾਈ ਜੀ, ਜਿਹੜੀ ਬੈੜ ਦੇਖਦੇ ਪਏ ਆ, ਕਿਹੜਾ ਸੂਆ ਸੂਈ ਹੈ ਜੀ? ਇਹ ਪਹਿਲਾ ਸੂਆ ਹੀ ਸੂਈ ਹੈ ਵੀਰੇ, ਪਲੋਨਾ। ਆਪਣੇ ਘਰੇ ਸੂਈ ਆ? ਹਾਂਜੀ ਹਾਂ, ਆਪਦੇ ਕੋਲੇ ਸੂਈ। ਕਿੰਨੇ ਦਿਨ ਹੋ ਗਏ ਸੂਈ? ਤੀਜੇ ਦਿਨ ਇਹਨੂੰ ਸੂਈ ਨੂੰ ਕੱਚਾ ਨਾਰੂ ਆ, ਦੇਖ ਲਓ ਬੱਚੀ ਆ ਮਾਂ ਦੇ। ਠੀਕ ਆ, ਬੱਚੀ ਵੀ ਚੰਗੀ ਪਾਲਣ ਲਾਇਕ ਆ ਪਿੱਛੇ, ਹੈ ਨਾ? ਫਰੂਟ ਦੇ ਵੀ ਇਸ ਤੀਜੇ ਦੀ। ਠੀਕ ਹੈ, ਦੁੱਧ ਹੁਣ ਕਿੰਨਾ ਹਾਜ਼ਰ ਆ? ਹੁਣ ਵੀਰੇ 12 ਕਿਲੋ ਤਿਆਰ ਆ ਗਿਆ। 6 ਕਿਲੋ ਡੰਗ ਦਾ ਹਾਜ਼ਰ ਆ ਜਮਾ। ਹਾਂ, ਅੰਦਾਜ਼ਾ ਲਾਈਏ ਕਿੰਨਾ ਕੁ ਦੇ ਸਕਦੇ ਆ ਵੀਰੇ? ਦੁੱਧ ਤਾਂ ਆਜੀ 6 ਬਾਦਾ ਨਾ, ਦੁੱਧ ਤਾਂ 17-18 ਕਿਲੋ ਵੀ ਦੇ ਸਕਦੀ ਆ। ਦੇ ਦੂ ਇਹਨਾਂ 16 ਕਿਲੋ ਦੁੱਧ ਦੀ ਗਾਰੰਟੀ ਲੈ ਲਾਂਗੇ। ਠੀਕ, 17-18 ਤੱਕ ਦੇ ਸਕਦੇ ਆ। 17-18 ਦਾ ਆਰਾਮ ਨਾਲ ਦੇਣੇ ਜੀ ਨਾ, ਬਰੀਡ ਵਾਲੀ ਬੱਚੀ ਹੈਗੀ। ਭਾ ਵੀਰੇ ਦਾ ਜੈਨੂਅਨ ਜਾਂ ਕੀ ਰੱਖਿਆ? ਭਾ ਵੀਰੇ ਦਾ 64000 ਰੁਪਏ। ਗੁੰਜਾਇਸ਼ ਹੋ ਜੂਗੀ? ਹਾਂ, ਮੌਕੇ ਮਾੜਾ ਮੋਟਾ ਮਾਨ ਤਾਂ ਹੋਊਗਾ। ਠੀਕ ਹੈ, ਤੋਰ ਦੇਵਾ। ਤੇ ਚੁਆਈ ਚ ਵੀ ਓਕੇ ਜਮਾ? 100 ਨੰਬਰੀ ਹੈ ਵੀਰੇ, ਕੋਈ ਹੱਥ ਵੀ ਨਾ ਲਾਵੇ ਚਾਹੇ। ਠੀਕ ਹੈ, 2 ਡੰਗ ਚੋਲੇ 4 ਡੰਗ ਚੋਲੇ ਆਪਣੇ ਤੋਰੋ ਬਾਰ ਨੂੰ। ਸਵਰ ਪਹਿਲੇ ਨੰਬਰ ਤੇ 64000 ਦਾ ਭਾ। ਪਹਿਲਾ ਸੂਆ ਤਾਜ਼ੀ ਸੂਈ ਹੋਈ ਹੈ, ਪਿੱਛੇ ਇਹਦੇ ਬੱਚੀ ਆ, ਕੱਦ ਕਾਠ ਦੇ ਵਿੱਚ ਪੈਂਦੀ ਆ, ਜਾਨ ਦੇ ਵਿੱਚ ਪੈਂਦੀ ਆ। ਤੇ ਸੂਈ ਨੇ ਹੋ ਗਏ 4 ਕੁ ਦਿਨ, ਪਿੱਛੇ ਬੱਚੀ ਆ। 12 ਕਿਲੋ ਦੁੱਧ ਜਮਾ ਹਾਜ਼ਰ ਆ ਇਹਦੇ ਥੱਲੇ, ਜਿਹੜਾ ਚੋਣ ਵਾਲਾ ਦੁੱਧ ਹੈ ਇਸ ਵਕਤ। ਸੋ ਮੋਲੀ ਵੀਰ ਨੇ ਬਾਜ ਵਜਾ ਕੀਤਾ 64000 ਰੁਪਏ, ਜਿਉਂ ਜਿਉਂ ਚਵਾਈਆਂ ਹੋਣਗੀਆਂ ਇਹਦੀਆਂ, ਇਹਨੇ ਬਣਦੀ ਤੁਰੀ ਹੋਣਾ। 64000  'ਚੋਂ ਵੀਰ ਕਹਿੰਦਾ ਮਾਣ ਤਾਣ ਵੀ ਕਰ ਦਾਂਗੇ, ਉੱਥੇ 16-17 ਕਿਲੋ ਇਹਨੇ ਆਰਾਮ ਨਾਲ ਦੇ ਦੇਣਾ। ਉਹ ਦੇਖੋ, ਥੋੜਾ ਬੱਚੇ ਦਾ ਕਰਦੀ ਪਈ ਆ, ਪਰ ਬੈਠ ਕੱਦ ਕਾਠ ਦੇ ਵਿੱਚ ਪੈਂਦੀ ਆ, ਜਾਣ ਦੇ ਵਿੱਚ। ਦੁੱਧ 12 ਕਿਲੋ ਹਾਜ਼ਰ ਆ, 17-18 ਤੱਕ ਇਹਨੇ ਆਰਾਮ ਨਾਲ ਦੇ ਦੇਣਾ। ਸੋ ਵੀਰ ਦੇਖ ਸਕਦਾ, ਠੰਡੀ ਵਗੈਰਾ ਪੂਰੀ ਫੁੱਲ, ਆਪਾਂ ਵੀਰੇ ਨਿਆਣਾ ਪਾਈਏ ਨਾ ਪਾਈਏ, ਹੈ ਨਾ? ਨਾ ਨਾ ਵੀਰੇ, ਨਿਆਣਾ ਪਾਓ ਨਾ ਪਾਓ ਕੋਈ ਟੱਕਾ ਨਹੀਂ, ਆਪਾਂ ਪਾਇਆ ਨਹੀਂ ਨਾ, ਪਾ ਵੀ ਲੈਨੇ ਆ। ਠੀਕ ਹੈ, ਖਾਣ ਖੁਣ ਕੋਈ ਹੈ ਤਾਂ ਪੂਰਾ ਵਧੀਆ ਮੁੱਠੀ ਵਾਲਾ ਹੈ ਵਧੀਆ ਚਵਾਈ। ਠੀਕ ਹੈ, ਅੱਗੇ ਵੀਰੇ ਦੂਜੇ ਨੰਬਰ ਜਿਹੜੀ ਗੱਬਣ ਆ ਗਈ, ਇਹ ਦੂਜਾ ਸੂਆ ਸੂਣੀ, ਦੂਜਾ ਸੂਆ ਇਹ ਦੇਣ ਕਿੰਨੇ ਕੁ ਲੈਂਦੀ ਆ? ਇਹਦਾ ਇੱਕ ਹਫ਼ਤਾ ਬਾਕੀ ਹੈ। ਇੱਕ ਹਫ਼ਤਾ ਸੂਣ 'ਚ ਬਾਕੀ, ਤੇ ਨਾੜਾ ਨੂੜਾ ਬਹੁਤ ਚੰਗੇ ਇਹਦੇ, ਹੈ ਨਾ? ਹਾਂਜੀ ਹਾਂ ਵੀਰੇ। ਤੇ ਵੀਰੇ ਕਿੰਨਾ ਕੁ ਦੁੱਧ ਪਾ ਸਕਦੀ ਹੈ? ਇਹ ਵੀਰੇ ਦੁੱਧ ਮਾਲਕਾਂ ਨੇ 22-23 ਕਿਲੋ ਕਿਹਾ ਗਾ। ਠੀਕ ਹੈ, ਆਪਾਂ ਨੂੰ ਐਤਕੀ ਦੁੱਧ 25 ਕਿਲੋ ਦੇਣਾ ਚਾਹੀਦਾ, ਨਾੜਾ ਨੂੜਾ ਖੁੱਲੇ ਹੋਏ ਤਾਂ ਢੱਲ ਬਹੁਤ ਪਈਆ ਕਰਦੀ। ਠੀਕ ਹੈ, ਨਾੜਾ ਦੋਨੇ ਪਾਸੇ ਬਾਕੀ ਸਮੀ ਹੋਈ ਬੈੜਾ ਜੀ। ਇਹਦਾ ਭਾਅ ਫਿਰ ਕੀ ਕਰਦੇ? ਇਹਦਾ ਭਾਅ ਵੀਰੇ ਆਪਾਂ 63000 ਰੁਪਇਆ। ਠੀਕ ਹੈ, ਤੋਰ ਦੇ ਬਾਹਰ ਨੂੰ ਵੀ। ਸੋ ਵੀਰੇ 63000 ਰੁਪਇਆ ਭਾਅ ਹੈਗਾ, ਤੇ ਥੱਲੇ ਐ ਮੰਨ ਕੇ ਚਲੋ ਭਾਰਤ ਵਾਲਾ ਨਕਸ਼ਾ ਬਣਿਆ ਪਿਆ ਨਾੜਾਂ ਦੇ, ਫੇਸ ਫੂਸ ਦੀ ਕੁਆਲਿਟੀ ਵੀਰੇ ਦੇ। ਠੀਕ ਹੈ, ਤੋਰ ਫਿਰ ਬਾਹਰ ਨੂੰ, ਫੇਸ ਕੁਆਲਿਟੀ ਬਾਹਰ ਦੀ ਦਿਖਾਈਏ ਇਹਦੀ ਆਪਾਂ। 63000 ਵੀਰ ਨੇ ਮੰਗਿਆ, ਪਰ ਥੱਲੇ ਵਾਲਾ ਜਿਹੜਾ ਸਿਸਟਮ ਹੈ ਇਹਦਾ, ਉਹ 63 ਦਾ 63 ਹੀ ਕਹਿੰਦਾ ਪਿਆ ਥੱਲੇ। ਸੋ ਕੱਦ ਕਾਟ ਬਾਡੀ ਵੇਟ ਦੇਖ ਸਕਦੇ ਹੋ, ਬੈੜ ਚੰਗੀ ਆ, ਰਾਜੀ ਪਲੀ ਪਿਆ, ਸੂਆ ਦੂਸਰਾ ਸੁਣਦੀ ਆ। 20 ਕਿਲੋ ਤੋਂ ਵਾਰ ਵਾਰ ਪੋਲਿਆ ਥਣਾ ਦੁੱਧ ਦੇ ਦੇਣਾ, ਸੇਵਾ ਹੋ ਗਈ। ਠੀਕ ਹੈ, ਤੇ 24 ਵੀ ਦੇ ਸਕਦੀ ਆ, ਪਰ ਥੱਲੇ ਸਿਸਟਮ ਬਹੁਤ ਵਧੀਆ, ਨਾੜਾ ਵਗੈਰਾ ਦੇਖ ਸਕਦੇ। 63000 ਵੀਰ ਨੇ ਮੁੱਲ ਕੀਤਾ, ਬਾਕੀ ਗੁਜਾਇਸ ਮੌਕੇ ਦੇ ਹੋ ਜੂ। ਇੱਕ ਹਫ਼ਤਾ ਸੂਣ 'ਚ ਬਾਕੀ ਪਿਆ, ਬਲ ਢਿੱਲਾ ਬਹੁਤ ਪਈਆਂ, ਦੋ ਨਗ ਦਿਖਾਤੇ ਸੁਣੋ ਆਪਾਂ ਚੰਗੇ ਅਤੇ ਪੂਰੇ ਸਾਫ਼ ਸੁਥਰੇ। ਸੋ ਦੂਸਰੀ ਸਾਈਡ ਵੀ ਉਹੀ ਕੰਮ ਹੋਇਆ ਪਿਆ, ਨਕਸ਼ੇ ਵਾਲਾ ਬਲ ਢਿੱਲਾ ਬਹੁਤ ਹੈਗੀਆਂ, ਥੱਲੇ ਨਾੜਾ ਵਗੈਰਾ ਚੰਗੀਆਂ ਸਾਫ਼ ਸੁਥਰੀਆਂ ਦੇ। ਸੋ ਵੀਰ ਦੂਜੇ ਪਾਸੇ ਵੀ ਦੇਖੋ, ਨਾੜਾ ਨੂੜਾ ਚੰਗੀਆਂ। ਤੇ ਵੀਰ ਨੰਬਰ ਬੋਲ ਦਿਓ ਦੁਬਾਰੇ ਆਪਦਾ। 97787 53168। ਠੀਕ ਹੈ, ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ।